الرحيم يا علي تجمع رجمان الحمد لله رب العالمين والعاقبة للمتقين والجنة للمؤمنين والنار للكافرين والمنافقين بشمار. الصلاه والسلام على من كان نبي الادم بين الماء والتين صلوات بروب صلوات میرے بارے تھی سارے جب پڑھو تو اگوں توری پڑھو جی چلا جتنے تھی سلوات نہ پڑھ سو پہ پڑھنی ہو سارے پڑھو تو اچھی سلوات سید سکلا شمس المشرقين والمغربين جد الحسن والحسين أبو القاسم محمد صلاة جتنا محمد وآل محمد لال عقیدت پیار کدے ہو اتنی جوشیلی صلوات سارے افضل من عبادة سکلائیں کریمن شاہ میں دوڑے دلا پرانا جو سارے بجے میں دابا کو نا چاونا پوے داد نہ دیوے یار میں کو میں کوئی ناراض نہ کیونکہ میں اونے نہ گلا تو بری ہسی ماں میری مجلس بڑے نہ بنے جڑا زہرا دی تھی میں کوئی عزت دی تھی میری اوتھے رہنی میں کہ ایک وقت دا کرنا بھی پیشی دا ہاں تے دیگر دا نا دیگر دا ہاں تے نماشاں دا نا نماشاں دا ہاں تے حضرات دا نا حضرات دا ہاں تے دھمدی دا نا جتنے 24 گھنٹے ٹائم ہیں زہرا دی تھی میں کو نہ ٹائم ادا کرنا میں پوری داد چاہی دی نہیں میں ہمیشہ تو نال جھگڑ کے پڑھدا جیڑا لا کے پڑھدا دعا کو ناراض کر کے وقت مسائل پڑھدا غرض میں دیئے ہوں دیئے بہان چھو آوے جو کوئی زہرہ رمبال دے کی ہوں دیئے گھٹ کی مد بھی ہاں جنہ میں کوئی چاہیے دیئے نظر ہوں دیکھو میں جب اتنی مہربانی یہ پڑھو نہ دیکھ رہا سا جتنے تھی میں پڑھ سا پڑھو نہ دیکھ سا سلوات اچھے باز رہا السلام الوراث سے ابھی ہاں
अपने बिस्तर तो उठ के अपनी हवेली जाए, हवेली जदीद मारस
ਸੁਣੀ ਸ਼ੀਆ ਬਜ਼ੁਰਗ ਬੈਠਿਓ ਮਸ਼ਕੂਰ ਮਸਤੂਰ ਕੋ ਨਹੀਂ ਦੇਖ ਸਕਦਾ ਜਦੇ ਦਰਵਾਜ਼ੇ ਤੇ ਨਬੀਆਂ ਦਾ ਸਰਦਾਰ ਪਾਰਾਂ ਦੇ ਪਾਰ ਖੜਾ ਰਹਿੰਦਾ ਦੇਖ ਸਕਦਾ ਕੁਝ ਨਜ਼ਰ ਨਹੀਂ ਆਇਆ ਦੁਬਾਰਾ ਬਿਸਤਰ ਤੇ ਵੰਜ ਲੇਟਾ ਦੂਜੀ ਦਫਾ ਮੇਰੀ ਸੈਡ ਦੀ ਆਵਾਜ਼ ਹੈ ਮਸ਼ਕੂਰ ਮੈਂ ਉਮਤ ਦੀ ਖਾਲੀ ਵਲੀ ਹੋਈ ਤੇਰੇ ਘਰੋਂ ਖਾਲੀ ਵੱਲ ਵੰਜਣਾ ਹੈ ਦੂਜੀ ਦਫਾ ਦੀਦ ਮਾਰੀ ਇਸ ਨਜ਼ਰ ਕੁਝ ਨਹੀਂ ਹੋਇਆ ਤੀਜੀ ਦਫਾ ਮੇਰੀ ਸੈਣ ਚਿਣਕ ਦੇ ਅੰਦਾਜ਼ ਫਰਮਾਏ ਮਸ਼ਕੂਰ ਜਾਂ ਮੇਰੇ ਬਾਬੇ ਦਾ ਕਲਮਾ ਛੋੜ ਜਾਂ ਮੇਰੇ ਸਵਾਲ ਦਾ ਜਵਾਬ ਦੇ ਸਮਝ ਗਏ ਮੇਰੀਆਂ ਅੱਖਾਂ ਨਹੀਂ ਦੇਖ ਸਕਦੀਆਂ ਕੋਈ ਪਰਦਾਦਾਰ ਮਸਤੂਰ ਹੈ ਜੇ ਕੋ ਮੈਂ ਨਹੀਂ ਦੇਖ ਸਕਦਾ ਘਰ ਵਾਲੀ ਕੋਠਾ ਇਸ ਪੱਤਾ ਕਰ ਕੌਣ ਹੈ ਗਿੱਲਾ ਲੈਣ ਵਾਲੀ ਪੰਜ ਮਿੰਟ ਗੁਜ਼ਰ ਕਹਿੰਦੀ ਘਰ ਵਾਲੀ ਦੀਵਾਰ ਖੁੱਲੇ ਹੋਏ ਸਾਰੇ ਚ ਮਿੱਟੀਆਂ ਮਾਤਮ ਕਰੇਂ ਦੀਆਂ ਦੀ ਅੱਜ ਤੋਂ ਬਾਅਦ ਮੁਸਲਮਾਨ ਨਾ ਸਡਾਵੇ ਮਸ਼ਕੂਰਾਂ ਨੇ ਬੀਵੀਓ ਕਈਵੇਂ ਪਿਆ ਦੀਆਂ ਦੀ ਸੱਚ ਪਿਆ ਦੀਆਂ ਜਦੇ ਕਲਮਾ ਪੜਦੇ ਕਲਮੇ ਵਾਲੇ ਦੀਦੀ ਤੇਰੇ ਵੇਲੇ ਦੀ ਖਾਕ ਤੇ ਬਹਿ ਕੇ ਵਾਲ ਖੋਲ ਬੈਠੇ ਸਾਰੀ ਜਮਿਟੀਆਂ ਪਾ ਕੇ ਮਾਤਮ ਕਰਕੇ ਆ ਦੀ ਮੁਸਲਮਾਨ ਮੇਰੀ ਔਲਾਦ ਰੁੱਲ ਗਈ ਕਈ ਸੈਯਦਾਂ ਦੇ ਜਿੰਜਾਲ ਚ ਬੁੱਕੇ ਤੇ ਦੱਸੇ ਬਲਾਏ ਨਬੀ ਦੀ ਧੀ ਉਹਨਾਂ ਦਾ ਗਿੱਲਾ ਡੇਵਣ ਆਈ ਤੁਹਾਡੀ ਬੜੀ ਹਿੰਮਤ ਹੈ ਕੱਲ ਰਾਤ ਤੂੰ ਮੁਕਾਨ ਦੇ ਬੈਠੇ ਹੋ ਪਰਸੋਂ ਦਿਨ ਤੋਂ ਬੜੀ ਹਿੰਮਤ ਹੈ ਤੁਹਾਡਾ ਜਾਗੜੇ ਜਿਹੜਾ ਮੇਰਾ ਨਸੀਬ ਹੈ ਮੈਂ ਉਤਨਾ ਖਿਲਣਾ ਵਾਫਰ ਨਹੀਂ ਬਣਾ ਆਦੇ ਵਜ ਮੇਰੀ ਪੱਗ ਦੀ ਦੀਵਾਈ ਲਹਰਾ ਦੇ ਕਦਮਾਂ ਤੇ ਰੱਖ ਕੇ ਮਾਫੀ ਮੰਗ ਜਲੇ ਸੈਣ ਮਾਫੀ ਚੜੇ ਜਲਦੀ ਕਰ ਮੈਂ ਕੁਡੂ ਖਾਣੇ ਅੰਜਾਂ ਬਣਾ ਦੇ ਉਹਨਾਂ ਕੋ ਦਾਵਤ ਦੇਣਾ ਜਿਹਨਾਂ ਦੇ ਪੁੱਤਰ ਹੋਏ 5 ਸਾਲ ਦਾ ਹੋਏ ਜਾਂ 6.5 ਸਾਲ ਦਾ ਖਾਣੇ ਅੰਜੋ ਅੰਜ ਬਣਾ ਦੇ ਲੈਂਪ ਬਾ ਲੈ ਜਿਹੜੀਆਂ ਕੱਲ ਚਾਬੀਆਂ ਨੀਤੀਆਂ ਚਾਹ ਦੇ ਮੈਂ ਸੈਦ ਮਨਾਵਣ ਵੈਨਾ ਹੱਥ ਬਲ ਗਿਆ ਦੀ ਅੰਜੋ ਅੰਜ ਕਿਉਂ ਗਿਨਵੇ ਲੈ ਦੂਏ ਬਿਰਾਇਨ ਈਦ ਰਾਤ ਰੱਲੇ ਬਾਸਨ ਖਾਸਨ ਖੋਜਦੀ ਸਨ ਮੂੰਹ ਤੇ ਮਾਦਮ ਕਰ ਗਿਆ ਦੇ ਰੱਲੇ ਤਾਂ ਗਿਨਵਜਾਂ ਜੋ ਰੱਲੇ ਬੈਠੇ ਹੋਏ ਵੱਡਾ ਲੈ ਦੇ ਛੋਟਾ ਲੈ ਲਵਟੇ ਜਿਹੜੇ ਔਲਾਦ ਲੈ ਬੈਠਿਓ ਸੁਣੀਓ ਭਾਵੇਂ ਸ਼ੀਆ ਰੋਵਣ ਉਤਨਾ ਰੋਵੋ ਜਿਤਨਾ ਤੁਹਾਡਾ ਦਿਲ ਲਾ ਕੇ ਜਾਂ ਸੈਣ ਮਨਜ਼ੂਰੀ ਦੇਵੇ ਇਵੇਂ ਕਹੇ ਕੁ ਰੋਵਣ ਨਾ ਦਾ ਪਿਆ ਹੋਏ ਤਾਂ ਮੈਂ ਸਈਆ ਦਾ ਨੁਸਖਾ ਦੱਸੇ ਨਾ ਵੱਡੇ ਦੀ ਉਮਰ ਹੈ 6.5 ਸਾਲ ਛੋਟੇ ਦੀ ਉਮਰ ਹੈ 5 ਸਾਲ ਅੱਜ ਕਈ ਵੇਲੇ ਮਕਾਨ ਲੈ ਕੇ ਘਰ ਵੱਲ ਵੰਜੇ ਜਿਹੜੇ ਰਾਤ ਲਾਏ ਪੋਏ 5-6 ਸਾਲ ਦੇ ਬੱਚੇ ਕੋਈ ਇਕੱਲੇ ਕਮਰੇ ਚ ਬਲਾਏ 5 ਮਿੰਟ ਹੁੰਦੇ ਕੋ ਦਰਵਾਜ਼ੇ ਚਦੇ ਰੋਸ਼ਨੀ ਖਾਣੇ ਜਾਇਸ ਚਾਬੀਆਂ ਚਾਹੀਏ ਲੈਂਪ ਚਾ ਕੇ ਨਾਂ ਲਟੁਰਿਆ ਹੈ ਵੱਡੇ ਦਾ ਨਾਮ ਮੁਹੰਮਦ ਹੈ ਛੋਟੇ ਦਾ ਨਾਂ ਇਬਰਾਹੀਮ ਹੈ ਪਹਿਲੇ ਪਹਿਲੇ ਵੱਡੇ ਸ਼ਾਹਜ਼ਾਦੇ ਦੀ ਕੋਠੜੀ ਦਾ ਦਰ ਲਾਹੌਰ ਲੈਂਪ ਫਰਸ਼ ਤੇ ਰੱਖਾ ਇਸ ਖਾਣੇ ਸਾਹਮਣੇ ਰੱਖਾ ਹੈ ਸਰ ਦੀ ਪੱਗ ਲਾ ਕੇ ਪੈਰਾਂ ਤੇ ਰੱਖ ਕੇ ਆ ਲੈ ਨਾਨੀ ਦੀ ਇੱਜ਼ਤ ਵਾਸਤੇ ਮੈਂ ਕੋ ਮਾਫੀ ਦੇ ਜ਼ਾਕਰੀ ਲਾਜ ਲਈ ਇਹਨਾਂ ਦੀ ਯਤੀਮੀ ਤੇ ਦੁੱਖਾਂ ਦੀ ਕਸਮ ਹੈ ਅਗਰ ਯਤੀਮ ਸਈਆ ਦਾ ਲਫ਼ਜ਼ ਯਾਰ ਤੇ ਰੱਖੋ ਇੱਕ ਕਬਰ ਚਲੀ ਕੋ ਮਕਾਨ ਦੇ ਸੇ ਜਲੇ ਮਸ਼ਕੂਰ ਆ ਕੇ ਮਾਫੀ ਦੇ ਸਈਆ ਨੁਕਤਾ ਦੇ ਕਿਆ ਲੈ ਚਾਚਾ ਮਾਫੀ ਉਹਦੇ ਕੋਲ ਮੰਗੀ ਦੀ ਇਹ ਜਿਹੜਾ ਕੁਝ ਫਰਜ਼ ਹੋਏ ਯਤੀਮੇ ਕੋਲ ਕਿਹੜੀ ਮਾਫੀ ਮੰਗੀ ਦੀ ਹੈ ਮਾਫੀ ਉਹਦੇ ਕੋਲ ਮੰਗੀ ਦੀ ਹੈ ਜਿਹਦਾ ਵਤਨ ਆਪਣਾ
ਬੇਰ ਦਾ ਲਾਉਣਾ ਸੌਖ ਆਉਂਦਾ ਹੈ, ਕੱਚੀ ਬੇਰ ਦਾ ਲਾਉਣਾ ਔਖ ਆਉਂਦਾ। ਨਜਾਇਜ਼ ਫੈਸਲਾ ਨਾ ਕਿਤੇ ਕਰੋ, ਵਕਤਾਂ ਕੋ ਨਿੱਠਾ ਕਰੋ। ਮੈਂ ਕਿਹੜਾ ਲੱਗਿਆ ਪੜਦਾ, ਕਿਤਨਾ ਤੁਹਾਡੇ ਦੇਹਾਂ ਦੇ ਬੋਝ ਹੈ। ਸਾਰੀ ਰਾਤ ਨੂੰ ਹਰ ਆਕਰ ਦੇ ਵਾਰ ਵਾਰੇ ਵਾਰੀ ਉੱਖੀਆਂ ਕੂਕਾਂ 'ਤੇ ਗੂੰਜਾਂ ਆਉਂਦੀਆਂ ਹਨ। ਸੋਹਣੀ ਮੁਕਾ ਨਿੱਤੇ ਰੁਨੀਆਂ ਹੋਈਆਂ ਅੱਖੀਆਂ ਵੱਤ ਨਿਧਰ ਦਵੇ।
اپنی باب لالا سے میری ذمہ واری نہیں حاجی علی بابا مر گئے اساں تہاڈے مہمان بنے اساں سب کوٹھے وکھرے وکھرے نہیں کوئی ادارا لے رشتہ لے ہر گھنٹے دیوار دیوار لال متھا لے کے پوچھ دے کیویں پہ لمدی اے میں اکلار دینا میں کو پنج پنج وار جواب دینا سیدہ دا تریجا گھنٹا ہے سڈینا میں کو جواب نہیں دینا میرا دل نہیں دیرا میرا بکا دے دسا میرا مر گئے انصاف کر میرا مر ولی میں کیویں کھانا کھاواں سیدہ دے کھانے دی بجائے بیبی
مشکور آدھے انتظار کر میں ہونے گن کے آیا گھار والا ہے گھار والی آدھے نہیں منی دے واری زبان کھڑا پڑا کوئی سندھی بیٹھ رہے یا پنجابی پر پنجابی انہوں سمجھے شرح کی زبان کھڑا پڑا نہیں منی دے مشکور آلے ہوئے دے لج پہ انہیں کوئی گلہ نہیں رو دے کیوں ودے پیار ملنے نما دے پیار بھول گئے
ਤੂੰ ਮੇਰੇ ਵਿਰਾ ਦਸਰ ਝੋਲੀ ਪਾ ਕੇ ਵਾਲ ਚੁੰਮਦੀਆਂ ਤੂੰ ਆਗ ਵਿਰਾ ਸਮਝ ਕੇ ਹੱਥ ਜਾ ਕੇ ਬੋਸੇ ਦੇ ਮਸ਼ਕੂਰ ਦੀਆਂ ਦੀਆਂ ਹੱਥ ਬਣ ਕੇ ਦਿਲ ਬਾਣੀਆਂ ਬਣ ਕੇ ਜਗਾਉਣੇ ਤੇਰਾ ਹੁਕਮ ਲੈ ਨੀ ਆਏ ਭੈਣਾ ਬਣ ਕੇ ਜਗਾਉਣੇ ਮਰਜ਼ੀ ਤੁਹਾਡੀ ਕਿਆ ਮਰਜ਼ੀ ਆ ਦੀਆਂ ਹੱਥ ਮੈਂ ਚੁੰਮਦੀਆਂ ਤੇਰੇ ਵਿਰਾ ਦੇ ਪਿਆਰਾਂ ਦੀਆਂ ਚੱਲੀਆਂ ਚੁੰਮਦੀਆਂ ਸਹੀ ਲੈ ਜਿਵੇਂ ਮਰਜ਼ੀ ਆ ਸਾਰੀ ਰਾਤ ਆਰ ਐਸ ਦੇ ਮਹਿਮਾਨ ਰਹੇ ਗਲਤ ਬਿਆਨੀ ਨਾ ਕਰਿਆ ਸਾਂ ਜੋ ਇਹਨਾਂ ਦੀ ਬਾਹ ਯਕੀਨ ਨਹੀਂ ਬੈਠ ਸ਼ਹਿਜ਼ਾਦਾ ਦੇ ਤੇ ਦੁਸ਼ਮਣ ਦੇ ਖੌਫ ਤੂੰ ਗੜ ਤੱਕ ਖੁੱਲੇ ਲੈ ਹੱਥ ਕਮਲੇ ਖੁੱਲਦੀ ਨਹੀਂ ਉਲਟਾ ਚੀੜੀ ਤੀਨੀ ਤਮਾ ਚੌਲਾ ਰਹੇ ਮੂੰਹ ਦੇ ਨੇੜੇ ਗਿਲਾਏ ਵੱਡਾ ਭੱਜ ਕੇ ਕਾਤੇ ਲਾਦ ਲੱਭ ਗਏ ਜਰੀਆ ਗਈ ਕੁੱਲ ਮਾਰ ਤੂੰ ਮੈਂ ਕੁਮਰੇ ਦਾ ਰਹੇ ਮੈਂ ਫਿਰੇ ਦਾ ਚੋਲਾ ਲਹਿ ਲੈ ਮੈਂ ਕੋਈ ਇਹਨਾਂ ਦੀ ਮਾਂ ਦੇ ਸਪਨਾਂ ਦੀ ਕਸਮ ਵੱਡੇ ਵੀਰਾ ਕੋਲੀ ਗੰਢ ਨਹੀਂ ਖੁੱਲੀ ਵੱਡੇ ਵੀਰਾ ਛੋਟੇ ਦਾ ਇੰਚ ਜਰੀਆ ਗਈ ਕੁੱਲ ਮਾਰ ਤੂੰ ਮੈਂ ਕੁਮਰੇ ਦਾ ਰਹੇ ਮੈਂ ਫਿਰੇ ਦਾ ਚੋਲਾ ਲਹਿ ਲੈ ਮੈਂ ਕੋਈ ਇਹਨਾਂ ਦੀ ਮਾਂ ਦੇ ਸਪਨਾਂ ਦੀ ਕਸਮ ਵੱਡੇ ਵੀਰਾ ਕੋਲੀ ਗੰਢ ਨਹੀਂ ਖੁੱਲੀ ਵੱਡੇ ਵੀਰਾ ਛੋਟੇ ਜਿਹੜੇ ਫਿੱਕਾ ਜਾਫਰੀਆ ਮੁਤਾਬਿਕ ਉਦੋਂ ਦੇ ਵਾਜਬਾ ਜਾਣਦੇ ਉਹ
ਕਲਾ ਦੀ ਨੀਅਤ ਤੇ ਤਕਬੀਰਾ ਤੁਲੇਰਾਂ ਦੇ ਹੱਥ ਉਠਾਏ ਨੇ ਇਨਾ ਹੱਥ ਉਠਾਏ ਮਾਮੇ ਦੀ ਛੋਲੀ ਝੂਠੀ ਖੜੀਏ ਨੇ ਸਯਾਦਾ ਦੇ ਕਿਨਵੇਂ ਦੀਆਂ ਅਦਿਲ ਮਾਮੇ ਅਗਲੀ ਤਾਈ ਗਲੇ ਸਮਾ ਕੋਈ ਛੱਡਿਆ ਅੱਜ ਬਚਣਾ ਕੋ ਦੇਖ ਖਤਮ ਕਰ